ਬਜੂਗਾ ਭਾਈ ਖਾਲਸਾ ਜੀ ਫਤਿਹ ਜੀ ਕਿਤਨ ਲਾਈਆਂ ਜੀ ਦਤਨਾ ਭਾਈ ਮਿਠਾਈ ਉਹ ਤਾਂ ਦਹਾਂ ਦਾ ਬੰਨਿਆ ਅੱਛਾ ਕਿੰਨੇ ਪੈਸੇ ਕਮਾਏ ਇਸ ਵੇਲੇ ਦੇ ਗੁਰਪੁਰਬ ਆ ਆਹੋ ਅੱਜ ਹੀ ਮੈਂ ਪਿੰਡੋਂ ਆਇਆ ਨਹੀਂ ਕਮਾਏ ਤਾਂ ਵੀ ਬਣ ਗਿਆ 50 ਬਸ ਹਾਂ ਤੇ ਜੇ ਮੈਂ ਕਹਾਂ ਕਿ ਹੁਣ ਘਰ ਚਲ ਜਾਓ ਇੰਜੋਏ ਕਰੋ ਅੱਜ ਮਹਾਰਾਜ ਦਾ ਦਿਨ ਆ ਨਾ ਤਾਂ ਮੈਂ ਕਹਿ ਰਿਹਾ ਕੁਛ ਨਹੀਂ ਚਾਹੀਦਾ ਮੈਨੂੰ ਅੱਜ ਗੁਰੂ ਸਾਹਿਬ ਦਾ ਗੁਰਪੁਰਬ ਮੈਂ ਉੱਠ ਕੇ ਆਇਆ ਕਿ ਇੱਕ ਸਿੱਖ ਵਿਚਾਰਾ ਹਲੇ ਵੀ ਕੀਰਤ ਕਰ ਰਿਹਾ ਤੇ ਟਾਈਮ ਹੋ ਗਿਆ 7 ਵਜ ਗਏ ਆ ਹਾਂਜੀ ਮੈਂ ਤਾਂ ਕਹਿੰਦਾ ਤੁਸੀਂ ਆਪਣੇ ਘਰ ਜਾਓ ਰਵਾਨਾ ਜਲੇਬੀ ਜਲੇਬੀਆਂ ਖਾਓ ਕੋਈ ਨਹੀਂ ਭਾਈ ਚਲੋ ਤੇ ਕਿੰਨੇ ਪੈਸੇ ਕਮਾਓਗੇ 600 ਰੁਪਏ ਕਮਾ ਲਓਗੇ ਨਹੀਂ ਨਹੀਂ ਹਾਂ 500 ਕਮਾਓਗੇ 250 ਰੁਪਏ ਮੈਂ ਤੁਹਾਨੂੰ 500 ਦੇ ਲਗਾ ਪਿਆਰਿਓ ਗੁਰੂ ਸਾਹਿਬ ਦਾ ਗੁਰਪੁਰਬ ਹੈ ਆਪਣੇ ਘਰੇ ਜਾਓ ਆਪਣੇ ਬੱਚਿਆਂ ਕੋਲ ਜਾਓ ਜਲੇਬੀਆਂ ਲੈ ਕੇ ਜਾਇਓ ਉੱਥੇ ਜਾਂਦੀ ਭਾਈ ਮੈਂ ਤੁਹਾਨੂੰ 2 ਦਿਨ ਦੇ ਪੈਸੇ ਦੇਣਾ 2 ਦਿਨ ਛੁੱਟੀ ਮਾਰ ਕੇ ਆਓ ਮਾਰੇ ਦੇ ਦਿੰਦੇ ਚਲੋ ਕਰਿਓ ਠੀਕ ਹੈ ਜੀ ਤੇ ਹੁਣ ਤੁਸੀਂ ਚੱਕ ਲਓ ਪਿਆਰਿਓ ਹਾਂ ਕਰੋ ਪੈਕ ਜਾਓ ਘਰ ਨੂੰ ਅੱਜ ਠੀਕ ਹੈ ਚੱਕ ਲਓ ਇਹ ਉਤਰਾ ਕਮਾਰਾ ਕਿੰਨਾ 250 ਰੁਪਿਆ ਤੁਹਾਨੂੰ 1000 ਦੇਤਾ ਜੀ ਠੀਕ ਹੈ ਜੀ ਹੁਣ ਤੁਸੀਂ ਬੇਨਤੀ ਆ ਹਾਂ ਚੱਕ ਲਓ ਹੁਣ ਜੀ ਚਲੋ ਚੱਕੋ ਚੱਕੋ ਵਾਹਿਗੁਰੂ ਜੀ ਸੋ ਚੱਕ ਲਓ ਹਾਂ ਚੱਕੋ ਚੱਕੋ ਜਾਓ ਤੁਸੀਂ ਹੁਣ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਹਮਣੇ ਤੇ ਕੱਲ ਨੂੰ ਲਵਾਂਗਾ ਮੈਂ ਹਾਂ ਜੀ ਹਾਂ ਜੀ ਹਾਂ ਜੀ ਅੱਜ ਤੁਸੀਂ ਮਹਾਰਾਜ ਦਾ ਗੁਰਪੁਰਬ ਆ ਅੱਜ ਤੁਸੀਂ ਗੁਰਦੁਆਰੇ ਜਾਓ ਹੁਣ ਤੁਸੀਂ ਠੀਕ ਆ ਗੁਰਦੁਆਰੇ ਮੈਂ ਫਿਰ ਦੱਸਣਾ ਕੱਟੀ ਮੈਂ ਉਹਨੂੰ ਉੱਥੇ ਚਾਹੀਦੀ ਲੈ ਜੋ ਬਾਬੀ ਲੈ ਕੇ ਸੋ ਬਜ਼ੁਰਗ ਲਾ ਕੇ ਬੈਠੇ ਸੀ ਸਾਹਮੋ ਕੋਈ ਨਹੀਂ ਵਾਹਿਗੁਰੂ ਵਾਹਿਗੁਰੂ ਠੀਕ ਆ ਚਲੋ ਧੰਨਵਾਦ ਬਾਕੀ ਮੈਂ ਲੈ ਜਾਣੀ ਆ ਠੀਕ ਆ ਗੁਰੂ ਘਰ ਲੈ ਜਿਓ ਜੋੜਾ ਘਰ ਠੀਕ ਆ ਵਧੀਆ चलो बढ़िया बढ़िया सीसा चलो सामने सामने होती सारिया चलो सामने सामने सारी होती नहीं मैं हूं मैं चलिया घर मैं तुम देख के मुड़ के आया वा मैं तुम देखे ना मैं भाई साहब जी बैठे आ वैसे सिंह साहब किन्ने पैसे कमाई स्वीर दे 150 रुपया वटिया सारे दिन च चलो चलो ठीक है चलो प्यारे कर लो पैक हम चल जाओ है अज ठीक है हाँ अज गुरुद्वारे चल जाओ हमने ठीक है हाँ सेवा करो महाराज दे नाले अरदास बेनती करो ठीक है जी आप हम कह दिए एक बार सवास सवास गुरु रामदास सवास सवास गुरु रामदास ठीक है प्यारे ओके जी भाई खालसा वाहेगुरु जी की फतेह सो सवास सवास गुरु रामदास नहीं नहीं प्यारे हम जाओ हम गुरुद्वारे जाओ ठीक है जी ओके प्यारे